ਬ੍ਰਿਜ਼ਾ ਕਾਰ ਦੇ ਵਿੱਚ ਆਏ ਚੋਰਾਂ ਨੇ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਸ ਤਰੀਕੇ ਦੇ ਨਾਲ ਇਹ ਚੋਰ ਦੁਕਾਨਾਂ ਦੇ ਵਿੱਚ ਕੈਸ਼ ਅਤੇ ਹੋਰ ਸਮਾਨ ਆਪਣੀ ਗੱਡੀ ਦੇ ਵਿੱਚ ਰੱਖ ਕੇ ਇੱਥੋਂ ਰਫੂ ਚੱਕਰ ਹੋ ਗਏ। ਬਠਿੰਡਾ ਦੇ ਪਰਸ਼ੂਰਾਮ ਨਗਰ ਚੌਂਕ ਦੀਆਂ ਇਹ ਤਸਵੀਰਾਂ ਨੇ। ਤੜਕੇ 4 ਵਜੇ ਇਹਨਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸਵੇਰੇ ਜਦੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦਾ ਹਾਲ ਦੇਖਿਆ ਤਾਂ ਹੋਸ਼ ਉੱਡ ਗਏ। ਬੇਕਰੀ ਤੋਂ 10,000 ਕੈਮਰਾ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਦੁਕਾਨਦਾਰਾਂ ਦਾ ਪੁਲਿਸ ਦੇ ਪ੍ਰਤੀ ਗੁੱਸਾ ਵੀ ਫੁੱਟਦਾ ਨਜ਼ਰ ਆਇਆ। ਇੱਕ ਹੋਰ ਡੈਰੀ ਦੇ ਵਿੱਚ 90 ਕਿਲੋ ਘਿਓ ਅਤੇ 20 ਕਿਲੋ ਖੋਆ ਲੈ ਕੇ ਇਹ ਚੋਰ ਫਰਾਰ ਹੋ ਗਏ। ਦੁਕਾਨਦਾਰਾਂ ਦੇ ਮੁਤਾਬਿਕ ਪਹਿਲਾਂ ਵੀ ਇੱਥੇ ਚੋਰੀਆਂ ਹੁੰਦੀਆਂ ਰਹਿੰਦੀਆਂ ਨੇ, ਪਰ ਪੁਲਿਸ ਦੇ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਤਾਂ ਇਹ ਚੋਰ ਬ੍ਰਿਜ਼ਾ ਕਾਰ ਦੇ ਵਿੱਚ ਆਏ, 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ, ਉੱਥੋਂ ਸਮਾਨ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਚੋਰੀ ਕੀਤਾ ਸਮਾਨ ਇਹਨਾਂ ਨੇ ਆਪਣੀ ਕਾਰ ਦੇ ਵਿੱਚ ਲੱਦਿਆ ਔਰ ਮੌਕਾ ਦੇਖ ਕੇ ਇੱਥੋਂ ਫਰਾਰ ਹੋ ਗਏ। ਆਪਣਾ 8 ਤੋਂ 10 ਹਜ਼ਾਰ ਰੁਪਇਆ ਗੱਲੇ 'ਚ ਕੈਸ਼ ਸੀਗਾ ਜੀ, ਇੱਕ ਕੈਮਰਾ, ਬਾਕੀ ਹਜੇ ਕੋਈ ਮਾੜੀ ਮੋਟੀ ਹੋਰ ਪੜਤਾਲ ਨਹੀਂ ਕੀਤੀ ਇਹਨੇ ਸਮਾਨ ਦੀ। ਹੁਣ ਕੀ ਦੱਸ ਸਕਦੇ ਆ ਜੀ ਪ੍ਰਸ਼ਾਸਨ ਜਾਂ ਕੀ ਗੱਲ ਕਿਸੇ ਦੀ ਕੀ ਦੱਸ ਸਕਦੇ, ਕੁਛ ਨਹੀਂ। ਡਰ ਤਾਂ ਹਮੇਸ਼ਾ, ਰਾਤ ਵੀ ਸਾਡਾ ਮੋਟਰਸਾਈਕਲ ਲੱਗ ਰਹੇ ਹੈਗੇ, ਸੀਸੀਟੀਵੀ ਹੈਗੀ ਉਹ ਨਾਲ ਕ੍ਰਿਸ਼ਨਾ ਡੈਰੀ ਦੇ ਹੈਗੇ, ਉਹਦੇ ਵਿੱਚ ਬ੍ਰੇਜਾ ਗੱਡੀ 'ਤੇ ਆਏ ਆ ਬੰਦੇ, 4 ਬੰਦੇ ਦੱਸਦੇ ਆ, ਕੈਮਰੇ 'ਚ ਫੋਟੋ ਹੈਗੀ ਆ ਥੋੜ੍ਹੀ ਜੀ ਬੰਦੇ ਦੀ, ਅਤੇ ਕੈਮਰਾ ਇੱਕ ਉੱਪਰ ਕਰਤਾ, ਇੱਕ ਚੱਕ ਕੇ ਲੈ ਗਏ। ਉਮਰ ਦੇ ਲੱਗਦੇ ਜੰਗ ਏ ਜੀ ਹੈ, 30-35 ਸਾਲ ਦੇ। ਗੱਡੀ ਦਾ ਨੰਬਰ ਦਿਖ ਰਿਹਾ ਕੁਛ? ਨੰਬਰ ਨਹੀਂ ਸ਼ੋਅ ਹੋ ਰਿਹਾ, ਬਸ ਲਾਸਟ ਡੀਜ਼ਲ ਵਾਲਾ ਜਿਹੜੇ 4 ਅੱਖਰ ਆ ਉਹ ਹੋ ਰਿਹਾ, ਮੂਰਲਾ ਫਰੰਟ ਵਾਲਾ ਨਹੀਂ ਹੋ ਰਿਹਾ। ਬਾਕੀ ਮੈਂ ਤਾਂ ਇੰਨਾ ਦੇਖਿਆ ਨਹੀਂ ਪੜਤਾਲ ਤਾਂ ਉੱਥੇ ਹੀ। ਸ਼ਿਵਨਮ ਦਾ ਨਾਮ ਆ, ਰਕੇਸ਼ ਮਿਲਕ ਡੇਅਰੀ, ਪਰਸ਼ੁਰਾਮ ਨਗਰ, 1 ਨੰਬਰ ਗਲੀ ਦੀ ਨੁੱਕਰ 'ਤੇ ਜੀ। ਆਪਣਾ ਜੀ ਚੋਰੀ ਹੋਈ ਹੈ, ਸੁਬਹਾ 4:45 ਦਾ ਟਾਈਮ ਹੈ, 80-90 ਹਜ਼ਾਰ ਰੁਪਏ ਦਾ ਨੁਕਸਾਨ ਹੈ, ਘਿਓ ਖੋਆ ਅਤੇ ਕੈਸ਼ ਲੈ ਕੇ ਗਏ। 80-90 ਕਿਲੋ ਘਿਓ ਵੀ ਵੀਰੇ, 20-25 ਕਿਲੋ ਖੋਆ ਵੀ, ਅਤੇ 5,000 ਰੁਪਇਆ ਕੈਸ਼ ਪਿਆ। ਵੀਰੇ ਬਾਹਰ ਲੱਗਿਆ, ਇਹਦੇ ਵਿੱਚ ਆਇਆ ਬ੍ਰੇਜਾ ਗੱਡੀ ਹੈ ਜਿਹਦੇ ਵਿੱਚ ਕਿ ਧਰੀ ਜਾਂਦੇ, ਇੱਕ ਫਰਦਾਰ ਜੀ ਹੈ, ਮੂੰਹ ਬੰਨਿਆ ਹੋਇਆ ਉਹਨਾਂ ਦਾ, ਉਹ ਧਰੀ ਜਾਂਦੀ ਹੈ। ਟੋਟਲ ਕਿੰਨੇ ਬੰਦੇ ਲੱਗ ਰਹੇ ਵੀਰੇ? ਟੋਟਲ ਦੂਜੇ ਕੈਮਰਿਆਂ ਵਿੱਚ ਆਇਆ ਵੀ ਤਾਂ ਦੇਖਿਆ ਨਹੀਂ, 4 ਬੰਦੇ ਕਹਿੰਦੇ ਆ। ਪਰ ਜਦੋਂ ਮੈਂ ਆਇਆ ਜੀ ਉਦੋਂ ਹੈਗੀ ਵੀ 9 ਵਜੇ ਵਗ ਜਾਂਦੇ ਆ ਜੀ, ਅਸੀਂ 9:15 ਵਜੇ ਜੋ ਆ ਕੇ ਦੇਖਿਆ, 6:30 ਵਜੇ ਆਇਆ ਮੈਂ, ਆ ਨਾਲ ਹੋਈ ਵੀ ਇੱਧਰ PVR ਵਾਲੇ ਖੜੇ ਵੀ ਆਏ। ਤੁਹਾਨੂੰ ਕੀ ਪਤਾ ਲੱਗਿਆ ਵੀ ਚੋਰੀ ਹੋ ਗਈ ਕਿਸੇ? ਪਰ ਐਕਚੁਅਲੀ ਕਿਵੇਂ ਨੇ ਨਹੀਂ ਦੱਸਿਆ ਜੀ, ਮੈਂ ਆਇਆ ਮੈਂ ਸ਼ਟਰ ਚੱਕਣ ਲੱਗਿਆ, ਜੋ ਇੱਧਰਲਾ ਲੋਕ ਫਰੀ, ਇੱਦਾਂ ਦੇਖਿਆ ਜਿੰਦਾ ਨਾ, ਮੈਂ PVR ਵਾਲਿਆਂ ਨੂੰ ਬੁਲਾਇਆ, ਮੈਂ ਕਿਹਾ ਪਰ ਇੱਧਰ ਵੀ ਚੈੱਕ ਕਰੋ। ਉਹਨਾਂ ਦੀ ਮੌਜੂਦਗੀ ਵਿੱਚ ਮੈਂ ਸ਼ਟਰ ਚੱਕਿਆ, ਦੋਵੇਂ ਫਰਿੱਜ ਖੜ ਲਈ, ਉਹਦਾ ਕਿ ਉਹਦਾ ਕਹਿਣ ਪਿਆ ਵੀ ਉਹ ਹੈ ਨਹੀਂ, ਬਣ ਕੇ ਆਇਆ ਵੀ ਆਹ ਫਰਿੱਜ ਦੇ ਢੱਕਣ ਖੁੱਲ੍ਹੇ ਹੋਏ ਸੀ, ਅਤੇ ਪਿੱਛੋਂ ਫਰਿੱਜ ਵਿੱਚੋਂ ਬਾਲਟੀ ਗਿਆ ਜਿਹਦੇ ਵਿੱਚ ਕਿ ਖੋਆ ਸੀ। 80-90 ਹਜ਼ਾਰ ਰੁਪਏ ਦਾ ਨੁਕਸਾਨ ਹੈ ਵੀਰੇ। ਵੀਰੇ ਮੰਗ ਪ੍ਰਸ਼ਾਸਨ ਤੋਂ ਇਹ ਕਰਦੇ ਹਾਂ ਵੀ ਸੁਧਾਰ ਕਰੋ, ਚੋਰੀਆਂ ਰੋਕੋ, ਅਤੇ ਸਾਨੂੰ ਸਾਡਾ ਹਰਜਾਨਾ ਵਾਪਸ ਕਰਵਾਓ। ਗੱਲਬਾਤ ਪਰਸ਼ੁਰਾਮ ਨਗਰ ਹੈ ਜਿਹੜਾ ਜੀ, ਇੱਥੇ ਲਗਾਤਾਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਹਰ ਦੂਜੇ ਦਿਨ ਇੱਥੇ ਚੋਰੀ ਹੁੰਦੀ ਹੈ। ਪਹਿਲਾਂ ਵੀ ਉੱਥੇ ਇੱਕ ਡੈਰੀ ਹੈ, ਉਹਨੂੰ ਖਾਲੀ ਕਰਕੇ ਸੀ, ਅੱਜ ਵੀ ਆਹ ਡੈਰੀ ਹੈ ਜਿਹਦਾ ਕੁਝ ਵੀ ਨਹੀਂ ਛੱਡਿਆ, ਸਾਰਾ ਕੁਝ ਹੀ ਲੈ ਗਏ। ਇੱਕ ਆ ਮਨੋਜ ਬੈਕਰ ਹੈ ਜੀ, ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ, ਅਸੀਂ ਬੜੇ ਵਾਰ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਪਤਾ ਨਹੀਂ ਕਿਉਂ ਨਹੀਂ ਇਸ ਵੱਲ ਧਿਆਨ ਦਿੱਤਾ ਜਾਂਦਾ। ਦੂਜੀ ਗੱਲ, ਜਿਹੜੀ ਸਟੀਲ ਲਾਈਟ ਆ ਉਹ ਵੀ ਪ੍ਰੋਪਰ ਨਹੀਂ ਚੱਲਦੀਆਂ, ਹੁਣ ਵੀ ਸਾਡੀ MLA ਸਾਹਿਬ ਨਾਲ ਗੱਲ ਹੋ ਚੁੱਕੀ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਲਿਆਤਾ ਗਿਆ, ਜਲਦੀ ਇਹ 'ਤੇ ਕਾਰਵਾਈ ਹੋਊ। ਮੇਰਾ ਮੈਂ ਕੇਕ ਕਾਰੀਗਰ ਹਾਂ ਜੀ,
और मैं यहीं पे सोता हूँ। यहाँ पे सब कारीगर जो भी यहाँ पे वर्कर हैं, सब कारीगर यहीं पे रहते हैं, यहीं पे सोते हैं। और हम लोग चौथे मंजिल पे रहते हैं। हम लोग को क्या बात हुई क्या? ये पता नहीं लगा जी, जहाँ पे सामने दुकान वकान बढ़ा के बंद करवा के हम लोग चले जाते हैं, रोटी रोटी खा के। और बाबूजी सब भी चले जाते हैं, हम लोग भी ऊपर सोने के लिए चले जाते हैं। चोरी का पता नहीं लगा? चोरी का जी पता नहीं लगा हम लोगों को ना। हम लोग ये तो बाबूजी बताएंगे। हम तो सुबह बाबूजी को कॉल किए सामान के लिए, हमें काम करना था 6 बजे, हमको घी का कम पड़ गया था तो बाबूजी को बुलाए घी के लिए। पता नहीं लगा ऊपर सोते हो भाई, कोई आवाज़ बूझ आई? नहीं नहीं कोई आवाज़ उवाज नहीं है जी। कोई खड़का उड़का तो गाड़ी चलता रहता है जी, खड़का तो होता है, पर इतना कोई पता नहीं चला ना। फिर चौथी मंजिल पर रहते हैं तो इतना पता नहीं लगा जी।